ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਸੀ ਐੱਸ ਗਰੇਵਾਲ, ਕੰਸਲਟੈਂਟ ਗੈਸਟਰੋਐਂਟਰੋਲੋਜਿਸਟ, ਪੇਟ ਅਤੇ ਲਿਵਰ ਦਾ ਸਪੈਸ਼ਲਿਸਟ, ਪ੍ਰੋਲਾਈਫ ਹੋਸਪਿਟਲ ਵਿੱਚ। ਅੱਜ ਆਪਾਂ ਗੱਲ ਕਰਾਂਗੇ ਇੱਕ ਬੜੀ ਆਮ ਬਿਮਾਰੀ ਜਿਹਨੂੰ ਕੀ ਕਹਿੰਦੇ ਆ, ਫੈਟੀ ਲਿਵਰ। ਫੈਟੀ ਲਿਵਰ, ਲਿਵਰ ਵਿੱਚ ਚਰਬੀ। ਲਿਵਰ ਵਿੱਚ ਚਰਬੀ ਆਮ ਤੌਰ 'ਤੇ ਸਮਝਿਆ ਜਾਂਦਾ ਹੈ ਕਿ ਖੂਨ ਵਿੱਚ ਪਹਿਲੇ ਚਰਬੀ ਹੈ, ਫਿਰ ਲਿਵਰ ਚਰਬੀ ਆ ਗਈ। ਪਰ ਹੁਣ ਇਹ ਦੇਖਣ ਨੂੰ ਮਿਲਦਾ ਹੈ ਕਿ ਲਿਵਰ ਦੀ ਚਰਬੀ ਕਰਕੇ ਹੀ ਲੋਕਾਂ ਨੂੰ ਸ਼ੂਗਰ, ਲੋਕਾਂ ਨੂੰ ਹਾਰਟ ਦੀਆਂ ਪ੍ਰੋਬਲਮਸ, ਕਿਡਨੀ ਦੀਆਂ ਪ੍ਰੋਬਲਮਸ ਜਾਂ ਹੋਰ ਪ੍ਰੋਬਲਮਸ ਆਉਂਦੀਆਂ ਨੇ। ਇੱਥੋਂ ਤੱਕ ਕਿ ਜਿਵੇਂ ਕਿ ਆਪਾਂ ਦਿਨ ਬ ਦਿਨ ਖਾਣਾ ਪੀਣਾ ਸਾਡਾ ਮਿੱਠੇ ਵੱਲ ਜ਼ਿਆਦਾ ਵੱਧ ਰਿਹਾ, ਸਾਡਾ ਖਾਣਾ ਪੀਣਾ ਜਿਹੜਾ ਉਸ ਤਰ੍ਹਾਂ ਦਾ ਹੋ ਰਿਹਾ ਕਿ ਜਿਹਦੇ ਨਾਲ ਸਾਡਾ ਮੋਟਾਪਾ ਵੀ ਵੱਧ ਰਿਹਾ, ਇਨਸੁਲਿਨ ਰੈਜ਼ਿਸਟੈਂਸ ਵੱਧ ਰਿਹਾ, ਕੁਛ ਸਾਡੇ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਜੈਨੈਟਿਕਸ ਸਾਡੇ ਜਿਹੜੇ ਹੈ ਉਹ ਇਸ ਤਰ੍ਹਾਂ ਦੇ ਆ ਵੀ ਅਸੀਂ ਇਨਸੁਲਿਨ ਰੈਜ਼ਿਸਟੈਂਸ 'ਤੇ ਜ਼ਿਆਦਾ ਪ੍ਰੋਨ ਆ, ਉਸ ਕਰਕੇ ਫੈਟੀ ਲਿਵਰ ਦੀ ਸਮੱਸਿਆ ਬਹੁਤ ਆਮ ਤੌਰ 'ਤੇ ਦੇਖੀ ਜਾਂਦੀ ਹੈ। ਫੈਟੀ ਲਿਵਰ ਜਿਹੜਾ ਅਸੀਂ ਪੇਟ ਦੀ ਪ੍ਰੋਬਲਮ ਲਈ ਕਦੇ ਵੀ ਅਲਟਰਾਸਾਊਂਡ ਕਰਾਉਂਦੇ ਹਾਂ, ਅਲਟਰਾਸਾਊਂਡ ਵਿੱਚ ਗ੍ਰੇਡ 1, ਗ੍ਰੇਡ 2, ਗ੍ਰੇਡ 3 ਫੈਟੀ ਲਿਵਰ ਦੱਸਿਆ ਜਾਂਦਾ। ਲਿਵਰ ਦੇ ਟੈਸਟ ਕਰਵਾਉਂਦੇ ਹਾਂ, ਉਹਦੇ ਵਿੱਚ ਓ ਟੀ ਪੀ ਟੀ ਵੱਧ ਜਾਂਦੇ ਆ, ਸਾਨੂੰ ਉਹਦੇ ਨਾਲ ਪਤਾ ਲੱਗਦਾ ਵੀ ਸਾਡੇ ਲਿਵਰ ਸੋਜਿਸ਼ ਹੈ। ਉਹ ਸੋਜਿਸ਼ ਹੋਰ ਵੀ ਕਾਰਨਾਂ ਕਰਕੇ ਹੋ ਸਕਦੀ ਹੈ, ਬਟ ਫੈਟੀ ਲਿਵਰ ਇੱਕ ਬਹੁਤ ਇੰਪੋਰਟੈਂਟ ਕਾਰਨ ਹੈ। ਉਹਦਾ ਟ੍ਰੀਟਮੈਂਟ ਕੀ ਹੈ, ਉਹਦੀ ਡਾਇਟ ਕੀ ਹੈ, ਉਹਦਾ ਹੱਲ ਕੀ ਹੈ, ਇਹ ਸਾਰੇ ਬਾਰੇ ਹੁਣ ਅਸੀਂ ਪ੍ਰੋਲਾਈਫ ਵਿੱਚ ਲਿਵਰ ਦੇ ਸਪੈਸ਼ਲਿਸਟ ਦੇ ਤੌਰ 'ਤੇ ਮੈਂ ਰੋਜ਼ ਬੈਠਦਾ, ਅਸੀਂ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਦੇਖਦੇ ਹਾਂ ਅਤੇ ਉਹਨਾਂ ਨੂੰ ਜਿਹੜੀ ਸਹੀ ਗਾਈਡੈਂਸ, ਸਹੀ ਟ੍ਰੀਟਮੈਂਟ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਲਿਵਰ ਦੀਆਂ ਪ੍ਰੋਬਲਮਾਂ ਨਾ ਆਉਣ। ਫੈਟੀ ਲਿਵਰ ਜਿਹੜਾ ਇਹ ਲਿਵਰ ਨੂੰ ਖਰਾਬ ਕਰਨ ਦਾ ਇੱਕ ਬਹੁਤ ਪ੍ਰਮੁੱਖ ਕਾਰਨ ਬਣਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲਿਵਰ ਦੇ ਵਿੱਚ ਕੈਂਸਰ ਦੇ ਵੀ ਜਿਹੜੇ ਕੇਸਿਸ ਆ ਰਹੇ ਆ ਉਹ ਫੈਟੀ ਲਿਵਰ ਕਰਕੇ ਹੀ ਆ ਰਹੇ। ਸੋ ਆਪਾਂ ਆਪਣੀ ਸਿਹਤ ਨੂੰ ਅੱਛਾ ਰੱਖੀਏ, ਆਪਣਾ ਰੈਗੂਲਰ ਚੈੱਕਅਪ ਕਰਾਈਏ, ਅਤੇ ਲਿਵਰ ਦਾ ਫਾਈਬਰੋਸਕੈਨ ਇੱਕ ਟੈਸਟ ਹੁੰਦਾ ਜਿਹਦੇ ਨਾਲ ਆਪਾਂ ਨੂੰ ਲਿਵਰ ਦੇ ਵਿੱਚ ਫੈਟ ਦੀ ਮਾਤਰਾ, ਲਿਵਰ ਦੀ ਸਖਤਾਈ, ਲਿਵਰ ਦੇ ਬਾਰੇ ਸਾਨੂੰ ਪਤਾ ਲੱਗ ਜਾਂਦਾ। ਸੋ ਫੈਟੀ ਲਿਵਰ ਬਾਰੇ ਮੈਂ ਅੱਜ ਦੀ ਜਿਹੜੀ ਟੌਕ ਹੈ ਉਹ ਇਹੀ ਦੱਸਣਾ ਚਾਹੁੰਦਾ ਕਿ ਜਿਸ ਕਿਸੇ ਨੂੰ ਵੀ ਕੋਈ ਫੈਟੀ ਲਿਵਰ ਦੀ ਜਾਂ ਲਿਵਰ ਦੀ ਕੋਈ ਦਿੱਕਤ ਆ ਰਹੀ ਹੈ ਉਹ ਆਪਣਾ ਤੁਰੰਤ ਆ ਕੇ ਚੈੱਕਅਪ ਕਰਵਾ ਸਕਦਾ, ਸਹੀ ਐਡਵਾਈਸ ਅਤੇ ਟ੍ਰੀਟਮੈਂਟ ਜਿਹੜਾ ਉਹ ਅਸੀਂ ਤੁਹਾਨੂੰ ਦੇ ਕੇ, ਅਤੇ ਅਸੀਂ ਉਮੀਦ ਕਰਾਂਗੇ ਵੀ ਤੁਸੀਂ ਇੱਥੋਂ ਠੀਕ ਹੋ ਕੇ ਅਤੇ ਖੁਸ਼ੀ ਰਾਜ਼ੀ ਖੁਸ਼ੀ ਜਾਓ। ਧੰਨਵਾਦ।